जिथे भी तुसी देखोगे उत्थे हर जगह किताबां नजर आउणगियां। सिर्फ एक या दो किताबां नहीं बल्कि इत्थे तुहानूं लखां किताबां मिलणगियां। इत्थों तक कि जेकर किसी ने घूमना भी होवे तां उहनां नूं बिना रुकावट चलण लई किताबां सही ढंग नाल रखणियां होणगियां। किताबां दे इस घर की कल्पना करो। किताब प्रेमी अंक गौड़ा ने किताबां दा वड्डा अजायब घर बना के दूजियां नूं किताब पढ़न अते प्यार करन लई उत्साहित किया है। कर्नाटका दे मांडिया जिले दे पांडरपुर तालुक दे चिंकुरेली पिंड दे वसनीक अंक गौड़ा ने ज्ञान दा वड्डा भंडार बनाया है। पांडरपुरा तो सिर्फ 1 किलोमीटर दूर स्थित हरला हरली विच किताब घर बनिया है जिथे लखां किताबां दा संग्रह है। एक एक करके किताबां एकत्र करते हुए अंक गौड़ा ने किताबां दी लाइब्रेरी बनाई है। जे तुसी इत्थे कदे आउंदे हो तां तुसी किसे भी विषय उत्ते किताबां वेख ते पढ़ सकदे हो। दुनिया दे सारे प्रमुख ग्रंथ इत्थे मौजूद हन। ನಾನು ಓದೋ ಕಾಲದಲ್ಲಿ 1961-62 ಇಸ್ವಿಲಿ ನಾನು ಓದಬೇಕಾದ್ರೆ ಓದಲಿಕ್ಕೆ ಜದೋ ಅಸೀ ಸ್ಕೂಲ್ ವಿಚ್ ಪಡ್ತೇ ಸೀ ಸಾನೂ ಲೈಬ್ರೇರಿ ವಿಚ್ ಕಿತಾಬಾಂ ನಹೀಂ ಮಿಲ್ದೀಆಂ ಸನ್ ಉನ್ನಾ ದಿನಾ ವಿಚ್ ಕಿತಾಬಾಂ ನೂ ಘರ್ ವೀ ಲಿಜಾ ਨਹੀਂ ਦਿੱਤਾ ਜਾਂਦਾ ਸੀ। ਇਸ ਲਈ ਮੈਂ ਕਿਤਾਬਾਂ ਖਰੀਦਣਾ ਅਤੇ ਇਕੱਠੀਆਂ ਕਰਨ ਦਾ ਫੈਸਲਾ ਕੀਤਾ। ਇਸ ਕੰਮ ਪਿੱਛੇ ਇਹੀ ਕਾਰਨ ਸੀ। ਕਿਤਾਬਾਂ ਪ੍ਰਤੀ ਅੰਕ ਗੋੜਾ ਦੇ ਪਿਆਰ ਦਾ ਕਾਰਨ ਸਕੂਲ ਦੀ ਲਾਇਬ੍ਰੇਰੀ ਸੀ। ਸਕੂਲ ਦੇ ਦਿਨਾਂ ਦੌਰਾਨ ਅੰਕ ਗੋੜਾ ਸਕੂਲ ਦੀ ਲਾਇਬ੍ਰੇਰੀ ਵਿੱਚ ਗਏ। ਉਹਨਾਂ ਨਾਲ ਗੱਲ ਕਰਨ ਵਾਲੇ ਇੱਕ ਅਧਿਆਪਕ ਨੇ ਅੰਕ ਗੋੜਾ ਨੂੰ ਹਰਲਾ ਹਰਲੀ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਲਾਇਬ੍ਰੇਰੀ ਬਣਾਉਣ ਲਈ ਪ੍ਰੇਰਿਆ। ਕਿਤਾਬਾਂ ਘਰ ਨਹੀਂ ਲਿਜਾਣ ਦੀ ਖਰਾਬੀ ਕਾਰਨ ਅੰਕ ਗੋੜਾ ਕਿਤਾਬਾਂ ਇਕੱਤਰ ਕਰਨ ਅਤੇ ਖਰੀਦਣ ਲਈ ਅੱਗੇ ਵਧੇ। ਅੱਜ ਉਹਨਾਂ ਨੇ ਗਿਆਨ ਦੀ ਇੱਕ ਸ਼ਾਨਦਾਰ ਦੌਲਤ ਬਣਾਈ ਹੈ। ਇਸ ਕਿਤਾਬ ਘਰ ਨੂੰ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਵੀ ਦਰਜ ਕੀਤਾ ਗਿਆ ਹੈ। ਹਰ ਕਿਤਾਬ ਪੜ੍ਹਨ ਯੋਗ ਹੈ। ਪਹਿਲਾਂ ਇਹ ਇੱਕ ਛੋਟੇ ਜਿਹੇ ਘਰ ਵਿੱਚ ਖੋਲ੍ਹਿਆ ਗਿਆ ਸੀ। ਕਾਰੋਬਾਰੀ ਹਰੀਕੋਡ ਵੱਲੋਂ ਬਣਾਈ ਗਈ ਇਮਾਰਤ ਨੇ ਇਸ ਕਿਤਾਬ ਘਰ ਨੂੰ ਇੱਕ ਹੋਰ ਪਹਿਲੂ ਦਿੱਤਾ ਹੈ। ਉਹਨਾਂ ਦੀ ਪਤਨੀ ਦਾ ਸਮਰਥਨ ਵੀ ਇਸ ਮਹਾਨ ਕਾਰਜ ਵਿੱਚ ਇੱਕ ਵੱਡਾ ਕਾਰਕ ਰਿਹਾ ਹੈ। ਉਹ ਕਿਤਾਬਾਂ ਦੇ ਰੱਖ ਰਖਾਵ ਤੋਂ ਲੈ ਕੇ ਸਫਾਈ ਤੱਕ ਹਰ ਚੀਜ਼ ਵਿੱਚ ਆਪਣੇ ਪਤੀ ਦੀ ਸਹਾਇਤਾ ਕਰਦੇ ਹਨ। ಈಗ ನನ್ನ ಜೊತೆಗೆ ನಮ್ಮ ಧರ್ಮಪತ್ನಿ ನಿಜವಾಗ್ಲೂ ಅವರು ಒಂದು ವಿಶೇಷವಾಗಿ ಕಾಳಜಿ ವಹಿಸ್ತಿದ್ರು, ಇದು ಈ ಮಟ್ಟಕ್ಕೆ ಬೆಳೀತಾ ಇರಲಿಲ್ಲ। ಮೆನು ಅಪಣಿ ಪತ್ನಿ ದಾ ಸಮರ್ಥನ ಪ್ರಾಪ್ತ ಹೈ, ಓ ಕಿತಾಬಾಂ ದಿ ಸಫಾಯಿ ಅತೇ ದೇಖಭಾಲ ವಿಚ ವಿ ಶಾಮಲ ರಹೀ ಹೈ। ರಾಜ ಸರ್ಕಾರ ನೇ ಇಮಾರತಾ ದಿ ಉಸಾರಿ ಲೈ ಪೈಸೇ ನು ಮಂಜೂರಿ ದೇ ದಿತ್ತ। ನಿರ್ಮಾಣ ದಾ ಕಮ ಚಲ ರಿಹಾ ಹೈ। ಹಾಲಾಂಕಿ ਕਿਤਾਬਾਂ ਦੀ ਸੰਭਾਲ ਲਈ ਲੋੜੀਂਦੀਆਂ ਗਰੰਟਾਂ ਦੀ ਜ਼ਰੂਰਤ ਹੈ। ਕੁਝ ਸੰਸਥਾਵਾਂ ਨੇ ਕਿਤਾਬਾਂ ਲਈ ਅਲਮਾਰੀ ਦਾਨ ਕਰਕੇ ਸਹਾਇਤਾ ਕੀਤੀ ਹੈ, ਪਰ ਉਹਨਾਂ ਕੋਲ ਜੋ ਪੁਸਤਕਾਂ ਹਨ ਉਹਨਾਂ ਲਈ ਵਧੇਰੇ ਅਲਮਾਰੀਆਂ ਦੀ ਜ਼ਰੂਰਤ ਹੈ। ਇੱਕ ਵਾਰ ਜਦੋਂ ਤੁਸੀਂ ਇਸ ਕਿਤਾਬ ਘਰ ਵਿੱਚ ਕਦਮ ਰੱਖਦੇ ਹੋ ਤਾਂ ਕਿਤਾਬਾਂ ਦੀ ਪੂਰੀ ਦੁਨੀਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਢਿੱਡ ਦੀ ਭੁੱਖ ਦੀ ਬਜਾਏ ਤੁਹਾਨੂੰ ਗਿਆਨ ਲਈ ਭੁੱਖ ਇੱਥੇ ਸੱਦਾ ਦਿੰਦੀ ਹੈ। ਤੁਸੀਂ ਪਾਂਡਵਪੁਰਾ ਸ਼੍ਰੀ ਗੰਗਾਪਟਨਮ ਹਾਈਵੇ ਵੱਲ ਸਫ਼ਰ ਕਰੋਗੇ ਤਾਂ ਤੁਸੀਂ ਨਿਸ਼ਚਿਤ ਰੂਪ ਤੋਂ ਇਸ ਕਿਤਾਬ ਘਰ ਵੱਲ ਆਕਰਸ਼ਿਤ ਹੋਵੋਗੇ। ਕਿਤਾਬਾਂ ਪ੍ਰਤੀ ਅੰਕ ਗੌੜਾ ਦੇ ਪਿਆਰ ਨੇ ਉਹਨਾਂ ਨੂੰ ਅੱਜ ਬਹੁਤ ਸਤਿਕਾਰਯੋਗ ਸਥਾਨ ਉੱਤੇ ਪਹੁੰਚਾ ਦਿੱਤਾ ਹੈ। ਅੰਕ ਗੌੜਾ ਦਾ ਨਾਮ ਹੁਣ ਕਿਤਾਬ ਘਰ ਦਾ ਸਮਾਨਾਰਥੀ ਬਣ ਗਿਆ ਹੈ। ਇਸ ਛੋਟੇ ਜਿਹੇ ਪਿੰਡ ਵਿੱਚ ਇੰਨੀ ਵੱਡੀ ਲਾਇਬ੍ਰੇਰੀ ਸਥਾਪਿਤ ਕਰਨ ਲਈ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.